ਮੇਰੇ ਉਹ ਲਮਹਾਤ ਦੇਖੇ ਆ, ਤੂੰ ਦੇਖਿਆ ਵੀ ਨਹੀਂ ਅੰਦਾਜ਼ੇ ਨਾਲ ਹੀ ਤਮਾਸ਼ਬੀਨ।
ਇਹ ਕੁਫਰ ਹੁੰਦਾ ਅੰਦਾਜ਼ੇ ਵਾਲੀ ਤਮਾਸ਼ਗੀ ਨਹੀਂ ਇਹ ਕੁਫਰ ਨਹੀਂ ਇਹ ਫੀਲਿੰਗ ਹੈ ਫੀਲਿੰਗ ਤੇਰੀ ਭੈਣ ਦੇ ਖੁੱਚਾਂ ਚ ਆਲੂ ਮੇਥੀ ਸੁੱਟਾਂ ਬੜਾ ਵੈਜੀਟੇਬਲ ਜਿਹਾ ਤਸੱਦਦ ਕਰ ਹਾਂਜੀ ਬਗਿਆ ਬੜਾ ਅਫਸਰ ਹੋਇਆ ਬੜਾ ਅਫਸਰ ਅੱਛਾ ਜੀ ਆ ਗੁਜਰਾ ਦਾ ਸੱਡਾ ਮਰ ਗਿਆ ਬਾਅਦ ਫਿਰ ਇਹ ਮੱਝਾਂ ਨਵੀਆਂ ਕਰਦਾ ਰਿਹਾ ਅੱਛਾ ਕੀ ਕਰ ਕਿ ਪਰਜਾਈ ਤੈਨੂੰ ਯਾਦ ਆ ਰਹੀ ਨਾ ਬਾਈ ਮੈਂ ਜਦੋਂ ਆਇਆ ਮੈਨੂੰ ਕਦੀ ਨਾ ਹੀ ਨਹੀਂ ਕੀਤੀ ਹਏ ਕੋਈ ਖੂਨੀ ਰਿਸ਼ਤਾ ਵੈਸੇ ਤੁਸੀਂ ਕਿਸੇ ਕਾਦਰ ਖਾਤਰ ਨਾ ਰੋਦਿਆ ਬੱਚੇ ਆ ਨਾ ਹੀ ਨਹੀਂ ਕੀਤੀ ਰਾਣਾ ਗੱਲ ਉਹ ਜਿਹੜੀ ਮੂੰਹ ਤੇ ਹਾਂ ਮੂੰਹ ਤੇ ਮੂੰਹ ਤੇ ਹਰਾਮ ਦੇ ਸਿਰ ਸਿੰਘ ਹੁੰਦੇ ਨਾ ਆ ਨੌਕਰ ਤੇਰਾ 12 ਸਿੰਘਾ ਸੀ ਯਾ ਤੂੰ ਕਿਉਂ ਬਕਵਾਸ ਕਰ ਰਿਹਾ ਫਿਰ ਅਫਸਰ ਆਦਮੀ ਨੇ ਗੁੱਸਾ ਕਰਨਗੇ ਯਾਰ ਚਲੋ ਯਾਰ ਅੱਛਾ ਫਿਰ ਮੈਂ ਰਾਸ ਫੈਲੋ ਤੇ ਸੁਣਿਆ ਆ ਰੋਣਾ ਫੈਲੋ ਪਹਿਲੀ ਵਾਰੀ ਆਇਆ ਤੈਨੂੰ ਯਾਰ ਮੈਂ ਮਾਰਾਂਗਾ ਹੁਣ ਮੈਂ ਤੁਹਾਨੂੰ ਸਭ ਮਹਿਮਾਨ ਨੇ ਮੈਂ ਇਨਸਲਟ ਹੀ ਬਰਦਾਸ਼ਤ ਕਰ ਸਕਦਾ ਠੀਕ ਹੈ ਮਹਿਮਾਨ ਨੇ ਮੇਰੇ ਕੀ ਯਾਦ ਆ ਰਿਹਾ ਯਾਰ ਤੁਹਾਨੂੰ ਪਰਚਾਈ ਇਹ ਨੌਕਰ ਤੇਰਾ ਦਿਲ ਦਾ ਵਾਵਾ ਹੀ ਥੋੜਾ ਮੈਂ ਤੈਨੂੰ ਫੋਨ ਤੇ ਦੱਸਦਿਆ ਉਹ ਤੇਰੀ ਗਮ ਦੇ ਭੈਣ ਦੇ ਗਿੱਟਿਆਂ 'ਚ ਉਸਤਰੇ ਮਾਰਾਂ ਕੁੱਤੇ ਦੇ ਪੈਰ ਦੀ ਨੋਂਦਰ ਵਰਗਾ ਮੂੰਹ ਰੋਂਦਾ ਹੀ ਬਹੁਤ ਸੋਹਣਾ ਲੱਗਦਾ ਤੈਨੂੰ ਨਹੀਂ ਪਤਾ ਅਫਸਰ ਨੇ ਮੈਂ ਖਾਨਦਾਨੀ ਤੌਰ ਤੇ ਬਰਕੀ ਸਾਹਿਬ ਨੂੰ ਜਾਣਦਾ ਜਦੋਂ ਵਿਆਹ ਆਇਆ ਸਲਾਮੀਆਂ ਪਾਉਂਦੇ ਨੇ ਮੈਨੂੰ ਕੀ ਇਹਨਾਂ ਨੂੰ ਬਸ 5-6 ਬੰਦੇ ਨੇ ਸਲਾਮੀਆਂ ਪਾਈਆਂ ਬਾਕੀ ਨੇ ਲਾਂਤਾਂ ਹੀ ਪਾਈਆਂ ਨੇ ਉਹ ਰਿਸ਼ਤੇਦਾਰੀ 'ਚ ਵਾਹਵਾ ਇਸ ਤਰ੍ਹਾਂ ਤੂੰ ਤੂੰ ਮੈਂ ਹੋ ਜਾਂਦੀ ਹੈ ਸ਼ਰੀਕ ਹੁੰਦੇ ਨੇ ਜੀ ਸ਼ਰੀਕ ਹੁੰਦੇ ਨੇ ਐਲਾਨ ਹੋਇਆ ਵਿਆਹ ਤੇ ਇਹਨਾਂ ਦੇ ਹਾਂ ਅਸੀਂ ਰੋਟੀ ਖੋਲਣ ਲੱਗੇ ਆ ਜਿੰਨੇ ਖਾਣੀ ਖਾ ਲਓ ਬਾਅਦ 'ਚ ਨਾ ਕਿਹੜਾ ਲਾੜੇ ਨੇ ਹੱਥ ਲਾਤਾ ਉਹ ਸ਼ਰਾਬ ਪੀਤੀ ਸੀ ਮੈਂ ਡਿੱਗ ਪਿਆ ਸੀ ਗੰਦੇ ਪਾਣੀ 'ਚ ਉਹਦੀ ਵਜ੍ਹਾ ਨਾਲ ਹੋਰ ਤੇ ਕੋਈ ਆਪਣਾ ਜੇਨ ਸਹੀ ਕਰ ਆਪਣੇ ਵਿਆਹ ਤੇ ਬੈਠਾ ਰੋਈ ਜਾਵੇ ਉਹ ਮੈਂ ਕਿਹਾ ਤੇਰਾ ਵਿਆਹ ਤੂੰ ਰੋਣ ਡਿਆ ਅੱਡਾ ਇਹਦੀ ਗੱਲ ਕੁੜੀ ਵਾਲੇ ਬੰਦੇ ਬੱਗੇ ਆ ਥੋੜੇ ਪਤਾ ਨਹੀਂ ਬੁੜਾ ਮੈਨੂੰ ਵੀ ਖੜਦਾ ਕਿ ਨਹੀਂ ਹਾਏ ਬਰਕੀ ਸਾਹਿਬ ਅੱਛਾ ਬਰਕੀ ਫਿਰ ਹੁਣ ਭਰਜਾਈ ਜਿਹੜੀ ਯਾਦ ਆ ਰਹੀ ਸੀ ਬੜੀ ਸਫਾਈ ਪਸੰਦ ਬੜੀ ਯਕੀਨ ਕਰੋ ਜਦੋਂ ਇੱਥੇ ਝਾੜੂ ਫੇਰਨਾ ਮਸਲਾ ਥੋੜਾ ਜਿਹਾ ਸੀ ਉਹ ਖੁੱਲੇ ਗਲੇ ਵਾਲਾ ਕੁੜਤਾ ਪਾਉਂਦਾ ਉਹ ਮਰ ਗਿਆ ਅੱਛਾ ਤੂੰ ਉਹਦਾ ਅਫਸੋਸ ਕਰ ਰਿਹਾ ਹੈ ਜਾਂ ਮੈਨੂੰ ਤੂੰ ਉਹਦੇ ਅਜ਼ਾਬ ਯਾਦ ਕਰਾ ਰਿਹਾ ਮੈਂ ਸਿਰਫ ਤੇਰੇ ਨੌਕਰ ਦੀ ਕੈਫੀਅਤ ਦੇਖਣ ਆਇਆ ਘਰ ਦੇ ਰੱਖਣ ਕਾਬਲ ਵੀ ਆ ਕਿ ਨਹੀਂ ਜਾਣਦੇ ਹੋ ਤੁਹਾਡੇ ਵਰਗੇ ਬੰਦੇ ਅੱਗੇ ਥੋੜੇ ਕੱਦਾਂ ਮਰ ਗਏ ਸੀ ਕਿੱਥੋਂ ਪੂਰੇ ਕਰਾਂਗੇ ਇੱਕ ਤਾਂ ਤੇ ਕੀ ਅੱਛਾ ਹੁਣ ਕੀ ਤੁਹਾਨੂੰ ਮੇਰੇ ਘਰ ਦੀ ਤਨਹਾਈ ਅੱਛੀ ਨਹੀਂ ਲੱਗ ਰਹੀ ਮੈਨੂੰ ਤੇਰਾ ਚੁੱਪ ਰਹਿਣਾ ਆ ਯਾਰ ਤੇਰਾ ਸਾਦਗੀ ਵਾਲੀ ਜ਼ਿੰਦਗੀ ਜਿਹੜੀ ਗੁਜ਼ਰ ਰਹੀ ਆ ਮੇਰੇ ਦਿਲ ਤੇ ਬੜੀ ਬੀਤਦੀ ਆ ਇਸੇ ਤਰ੍ਹਾਂ ਹੁਣ ਕੀ ਕਰੀਏ ਜ਼ਿੰਦਗੀ ਤੇਜ਼ੀ ਚੱਲੀ ਉਹ ਤਾਂ ਮਰ ਗਈ ਵਿਚਾਰੀ ਸਿਆਣੇ ਸੱਚ ਹੀ ਕਹਿੰਦੇ ਆ ਕੀ ਕਹਿੰਦੇ ਜੀ ਇਹਨੂੰ ਹੀ ਕਹਿੰਦੇ ਨੇ ਪਤਾ ਨਹੀਂ ਸੁਣਤੇ ਨਹੀਂ ਕਹਿੰਦੇ ਕਦੀ ਸਿਆਣੇ 'ਚ ਬਹਿ ਵੀ ਜਾਇਆ ਕਰੋ ਸਾਰੀ ਜ਼ਿੰਦਗੀ ਕਿਰਾਏ ਦਾ ਸਾਈਕਲ ਲੈ ਕੇ ਬੈਂਟੇ ਖੇਲੇ ਨਿਕਲੇ ਜਾ ਰਿਹਾ ਮੈਨੂੰ ਸਿਆਣੇ ਦੇ ਗੁੱਸਾ ਹੀ ਬਹੁਤ ਹੈ ਕੀ ਆ ਪਿਛਲੇ 6 ਮਹੀਨਿਆਂ ਤੋਂ ਮੈਂ ਪੁੱਛ ਰਿਹਾ ਸਰਦੀਆਂ ਕਿੱਦਾਂ ਬਸ ਪੁੱਤਰ ਇਹ 15 ਮੇਰੀ ਨੇ ਆਈ ਮੇਰੀਆਂ ਤੇ ਵੱਡਿਆਂ ਦੀਆਂ ਗੱਲਾਂ ਵੀ ਵੱਡੀਆਂ ਹੀ ਹੁੰਦੀਆਂ ਆ 15 ਆ ਬਸ ਇਹੋ ਕਹੀ ਯਾਰ 6 ਮਹੀਨੇ ਲਗਾ ਦਿੱਤੇ ਬਿਲ ਦੇ ਦੇ ਕਫਾਵੇ ਹੋ ਗਏ ਰਾਣਾ ਬਥੇਰਾ ਹੋ ਗਿਆ ਵੀ ਹਾਸਾ ਖੇਡਾ ਹਾਂ ਅੱਲਾ ਪਾਕ ਤੇਰੇ ਘਰ ਦੇ ਵਿੱਚ ਹਾਸੇ ਖੇਡਿਆਂ ਨੂੰ ਇੰਜ ਚਾਰੇ ਸਾਰੇ ਰੱਖੇ ਅੱਛਾ ਮੈਂ ਚਾਹੁੰਦਾ ਕਿ ਤੇਰੀ ਤਨਹਾਈ ਦਾ ਕੋਈ ਸਬਬ ਕੱਢਾਂ ਕੀ ਮਤਲਬ ਮਤਲਬ ਵੀ ਤੇਰਾ ਵਿਆਹ ਕਰ ਦਵਾਂ ਯਾਰ ਨਹੀਂ ਉਮਰ ਮੇਰੀ ਦੇਖ ਹੁਣ ਮੈਨੂੰ ਕਿੰਨੇ ਇਸ ਉਮਰ 'ਚ ਰਿਸ਼ਤਾ ਦੇਣਾ ਓ ਯਾਰ ਕਿੱਥੇ ਜਾਂਦੇ ਬਥੇਰੇ ਰਿਸ਼ਤੇ ਕਿੱਥੇ ਕਰਾਏਗਾ ਆਪਣੇ ਜਹਿਨ ਦੇ ਮੁਤਾਬਕ ਸਾਲੀ ਵੀ ਮੇਰੀ ਇਸ ਟਾਈਮ ਤੇਰੀ ਦੁਆ ਨਾਲ ਗੱਭਰੂ ਹੀ ਆ ਤੇਰੀ ਸਾਲੀ ਹਾਂਜੀ ਤੂੰ ਮੇਰੇ ਰਿਸ਼ਤੇ ਨਹੀਂ ਬਣ ਜਾਣਗੇ ਜਿਹਨਾਂ ਨੇ ਮੈਨੂੰ ਜੋ ਦੇਤੀ ਆ ਉਹ ਤੂੰ ਦਿਲ ਦਾ ਥੋੜਾ ਕਿਉਂ ਹੋਇਆ ਆਹੋ ਯਾਰ ਪਾਗਲ ਦੇ ਬੱਚਿਆ ਮਾੜੇ ਘਰਾਂ ਦੇ ਮਸਲ ਦਾ ਮੂੰਹ ਲੈ ਕੇ ਬੈਠਾ ਮੈਂ ਤੇ ਪਾਗਲ ਵਾਲਾ ਸਵਾਲ ਕੀਤਾ ਮੈਂ ਜਿਨ੍ਹਾਂ ਨੇ ਇਹਨੂੰ ਦੇਤੀ ਹੈ ਉਹ ਮੈਨੂੰ ਤੇ ਦੋ ਦੇ ਦੇਣਗੇ
ਕਿੰਨੇ ਕੁ ਫ੍ਰੀ ਰਣ ਸਾਹਿਬ ਦੇਖੋ ਸਿਆਣੇ ਕਹਿੰਦੇ ਨੇ ਬਾਕੀ ਬਾਕੀ ਸਿਆਣੇ ਕਹਿੰਦੇ ਨੇ ਕਿ ਮਾਪਿਆਂ ਦੇ ਕਰਤੀਆਂ ਹਾਂ ਸਦਾ ਨਹੀਂ ਰਹਿੰਦੀਆਂ ਹਾਂ ਤੇ ਜੇ ਜੀ ਕਹਿੰਦਾ ਨਹੀਂ ਤੇ ਘੰਟਾ ਨਹੀਂ ਰਹਿੰਦੀ ਫਿਰ ਬਕਵਾਸ ਖੋਤੀ ਦੇ ਬੱਚੇ ਸਾਡੀ ਦੇਸੀ ਫੈਮਲੀ ਹੈ ਬਸ ਤੁਸੀਂ ਰਿਸ਼ਤੇ ਦੀ ਗੱਲ ਚਰਾਓ ਜੀ ਬਰਕੀ ਸਾਹਿਬ ਮੈਂ ਕਹਿੰਦਾ ਮੇਰਾ ਵਿਆਹ ਹੋਵੇ ਹਾਂਜੀ ਇੱਥੇ ਸ਼ਾਦੀ ਹੋਵੇ ਇਹਦੀ ਵੀ ਜਾਨ ਛੁੱਟੇ ਮੇਰੀ ਗੱਲ ਓ ਯਾਰ ਮੇਰੀ ਗੱਲ ਇਸ ਰੰਗ ਨਾਲ ਵੀ ਤੂੰ ਸ਼ੱਕ ਕਰ ਲੈ ਖੋਤੀ ਦੇ ਬੱਚਿਆ ਜ਼ਾਤ ਦਾ ਨੌਕਰ ਮਰਾਸੀਆਂ ਨੂੰ ਜੱਫੇ ਓ ਯਾਰ ਬਰਕੀ ਬਰਕੀ ਭਾਈ ਬਰਕੀ ਮੈਂ ਕਿਹੜਾ ਦੱਸੇ ਮੈਂ ਤੂੰ ਹੀ ਆ ਬਰਕੀ ਆ ਲੱਭੇ ਆ ਭਾਈ ਜਾ ਤੂੰ ਖੈਰ ਠੀਕ ਰਹਾ ਅੱਲਾ ਅੱਲਾ ਬੜਾ ਤਿਆਰੀਆਂ ਤੂੰ ਰੀਆਂ ਕਰੋ ਮੈਂ ਸਾਲੀ ਤਿਆਰ ਕਰਵਾ ਬੜਾ ਸਖਤ ਅਫਸਰ ਹੋਏ ਨੇ ਸ਼ਾਦੀ ਇਹਨੇ ਕਰਾ ਦੇਣੀ ਮੇਰੀ ਘਰ ਬਾਚਿਆਂ ਨੇ ਪਾਗਲਾ ਠੀਕ ਰਹਾ ਹੁਣ ਤੂੰ ਤਾਲੇ ਲਾ ਤੇ ਮੈਂ ਨਿਕਲ ਲਗਾ ਲੋ ਜੀ ਮੈਂ ਲਗਾ ਅੱਲਾ ਹਾਫਿਜ਼ ਠੀਕ ਹੈ ਯਾ ਕਿਹੜਾ ਯਾਰ ਪਰਮਾਟੂ ਦਾ ਦਫ਼ਤਰ ਹੈ ਪਤਾ ਨਹੀਂ ਕਿੱਧਰ ਵੇ ਕੌਣ ਯਾਰ ਵੱਧ ਹੋ ਗਈ ਯਾਰ ਕੌਣ ਹੈਗਾ ਵੇਖ ਲੈ ਨਾ ਜਾ ਕੇ ਐ ਉਤਰੇ ਨੇ ਸਾਰੇ ਪਤਾ ਨਹੀਂ ਕੌਣ